ਬੜਾ ਸਖਤ ਕਾਨੂੰਨ ਫਰਾਂਸ ਦੇ ਵਿੱਚ ਲਾਗੂ ਹੋਣ ਜਾ ਰਿਹਾ, ਇੱਕ ਨਵਾਂ ਕਾਨੂੰਨ ਆ ਜਿਹਦੇ ਬਾਰੇ ਗੱਲਬਾਤ ਚੱਲ ਰਹੀ ਆ, ਔਰ ਜਿਹੜਾ ਲੋਅਰ ਸਦਨ ਆ ਉੱਥੇ ਦਾ ਉਹਦੇ ਵਿੱਚ ਲੋਅਰ ਹਾਊਸ ਆ ਉਹਦੇ ਵਿੱਚ ਇਹ ਲਿਆਂਦਾ ਗਿਆ ਫਰਾਂਸ ਦੇ ਵਿੱਚ, ਜਾਣੀ ਕਿ ਸੰਸਦ ਦੇ ਹੇਠਲੇ ਸਦਨ ਦੇ ਵਿੱਚ, ਜਿਹਦੇ ਨਾਲ ਉਹ ਕਹਿੰਦੇ ਸੀ ਧਾਰਮਿਕ ਕੱਟੜਤਾ ਦੇ ਉੱਤੇ ਸ਼ਿਕੰਜਾ ਕੱਸਣਾ। ਉੱਥੋਂ ਦੀ ਸਰਕਾਰ ਦਾ ਇਹ ਮੰਨਣਾ ਆ ਕਿ ਕੁਛ ਲੋਕ ਆਪਣੇ ਆਪ ਨੂੰ ਫਰਾਂਸ ਦੀ ਮੁੱਖ ਧਾਰਾ ਨਾਲੋਂ ਵੱਖਰੇ ਮੰਨਦੇ ਆ, ਅਤੇ ਉਹ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਜਿਹੜੇ ਉਹਨਾਂ ਦੇ ਆਪਣੇ ਧਾਰਮਿਕ ਨਿਯਮ ਆ ਉਹ ਸਿਵਲ ਲਾਅ ਨਾਲੋਂ ਉੱਪਰ ਆ। ਇਸ ਦਾ ਵਿਰੋਧ ਵੀ ਹੋ ਰਿਹਾ, ਲੋਕ ਜਿਹੜੇ ਆ ਧਾਰਮਿਕ ਲੋਕ ਨੇ ਉਹ ਇਸ ਗੱਲ ਦਾ ਵਿਰੋਧ ਵੀ ਕਰ ਰਿਹਾ ਕਿ ਮਨੁੱਖੀ ਅਧਿਕਾਰਾਂ ਦੇ ਉਲਟਾ ਇੱਦਾਂ ਨਹੀਂ ਹੋਣਾ ਚਾਹੀਦਾ। ਲੋਕ ਜਿਹੜੇ ਆ ਦੋ ਹਿੱਸਿਆਂ ਦੇ ਵਿੱਚ ਵੰਡੇ ਗਏ ਸੀ, ਕੁਛ ਲੋਕ ਕਹਿੰਦੇ ਸੀ ਕਿ ਧਾਰਮਿਕ ਆਜ਼ਾਦੀ ਦੇ ਉੱਤੇ ਸਿੱਧਾ ਹਮਲਾ ਆ, ਕੁਛ ਲੋਕ ਕਹਿੰਦੇ ਸੀ ਕਿ ਇਹ ਉੱਥੋਂ ਦਾ ਜਿਹੜਾ ਧਰਮ ਨਿਰਪੱਖ ਉਸ ਸਟੇਟ ਦਾ ਖਾਸਾ ਆ, ਕਰੈਕਟਰ ਆ, ਉਹਨੂੰ ਠੀਕ ਠਾਕ ਰੱਖਣ ਦੇ ਲਈ ਇਹ ਬਹੁਤ ਜ਼ਰੂਰੀ ਆ ਕਿ ਇਸ ਤਰ੍ਹਾਂ ਕੀਤਾ ਜਾਵੇ। ਪਹਿਲੀ ਖਬਰ ਦੋਸਤੋ, ਅੱਜ ਤੁਹਾਡੇ ਨਾਲ ਫਰਾਂਸ ਨਾਲ ਸੰਬੰਧਿਤ ਇੱਕ ਖਬਰ ਆ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਆ। ਇਹਦਾ ਸੰਬੰਧ ਕਿਤੇ ਨਾ ਕਿਤੇ ਕੈਨੇਡਾ ਦੇ ਨਾਲ ਵੀ ਜੁੜਦਾ, ਕੈਨੇਡਾ ਦੇ ਨਾਲ ਇਸ ਕਰਕੇ ਜੁੜਦਾ ਕਿ ਕੁਬੈਕ ਸੂਬਾ, ਜਿੱਥੇ ਬਹੁ ਗਿਣਤੀ ਜਿਹੜੀ ਫਰੈਂਚ ਬੋਲਣ ਵਾਲਿਆਂ ਦੀ ਆ, 95% ਲੋਕ ਉੱਥੇ ਫਰੈਂਚ ਬੋਲਦੇ ਆ, ਉਹਦੇ ਵਿੱਚ ਪਿਛਲੇ ਕੁਝ ਸਾਲ ਪਹਿਲਾਂ ਇੱਕ ਕਾਨੂੰਨ ਲਿਆਂਦਾ ਗਿਆ ਸੀ ਜਿਹਦੇ ਤਹਿਤ ਸਰਕਾਰੀ ਮੁਲਾਜ਼ਮ ਕੋਈ ਵੀ ਧਾਰਮਿਕ ਚਿੰਨ੍ਹ ਨਹੀਂ ਪਾ ਸਕਦੇ। ਵਕੀਲ, ਜੱਜ, ਟੀਚਰ, ਪ੍ਰਿੰਸੀਪਲ ਜਾਂ ਜਿਹੜਾ ਵੀ ਉਹ ਮੁਲਾਜ਼ਮ ਜਿਹੜਾ ਵੈਪਨ ਰੱਖਦਾ, ਪੁਲਿਸ ਵਾਲਾ, ਬੋਡੀ ਗਾਰਡ, ਵਾਈਲਡਲਾਈਫ ਆਫਿਸਰ, ਇਹ ਕੋਈ ਵੀ ਜਿਹੜਾ ਧਾਰਮਿਕ ਚਿੰਨ੍ਹ ਨਹੀਂ ਸੀ ਪਾ ਸਕਦੇ। ਇਹਦੇ ਉੱਤੇ ਬਹੁਤ ਸਾਰਾ ਵਾਦ ਵਿਵਾਦ ਹੋਇਆ ਸੀ, ਜਾਂ ਇੱਦਾਂ ਕਹਿ ਲਓ ਕਿ ਉਹ ਇੱਕ ਜਿਹੜੀ ਸੈਕੂਲਰ ਕਿਸਮ ਦਾ ਰਾਜ ਆ ਉਹਦਾ ਉਹ ਉਸ ਕਿਸਮ ਦਾ ਰਾਜ ਬਣਾਉਣਾ ਚਾਹੁੰਦੇ ਸੀ ਜਿਹਦੇ ਵਿੱਚ ਧਰਮ ਦੀ ਗੱਲਬਾਤ ਨਾ ਹੋਵੇ। ਇੱਕ ਇੱਦਾਂ ਦਾ ਬੜਾ ਸਖਤ ਕਾਨੂੰਨ ਫਰਾਂਸ ਦੇ ਵਿੱਚ ਲਾਗੂ ਹੋਣ ਜਾ ਰਿਹਾ, ਇੱਕ ਨਵਾਂ ਕਾਨੂੰਨ ਆ ਜਿਹਦੇ ਬਾਰੇ ਗੱਲਬਾਤ ਚੱਲ ਰਹੀ ਆ, ਔਰ ਜਿਹੜਾ ਲੋਅਰ ਸਦਨ ਆ ਉੱਥੇ ਦਾ ਉਹਦੇ ਵਿੱਚ ਲੋਅਰ ਹਾਊਸ ਆ ਉਹਦੇ ਵਿੱਚ ਇਹ ਲਿਆਂਦਾ ਗਿਆ ਫਰਾਂਸ ਦੇ ਵਿੱਚ, ਜਾਣੀ ਕਿ ਸੰਸਦ ਦੇ ਹੇਠਲੇ ਸਦਨ ਦੇ ਵਿੱਚ, ਜਿਹਦੇ ਨਾਲ ਉਹ ਕਹਿੰਦੇ ਸੀ ਧਾਰਮਿਕ ਕੱਟੜਤਾ ਦੇ ਉੱਤੇ ਸ਼ਿਕੰਜਾ ਕੱਸਣਾ, ਵੀ ਧਾਰਮਿਕ ਕੱਟੜਤਾ ਇਹਨੂੰ ਅਸੀਂ ਇਹਦੇ ਉੱਤੇ ਸਖਤੀ ਕਰਨੀ ਆ। ਰਾਸ਼ਟਰਪਤੀ ਉੱਥੇ ਦੇ ਅਨੈਮੋਲ ਮੈਂਕਰੋ, ਉਹਨਾਂ ਨੇ ਨੈਸ਼ਨਲ ਅਸੈਂਬਲੀ ਦੇ ਵਿੱਚ ਬਿੱਲ ਅੱਜ ਅਪਰੂਵ ਕਰ ਦਿੱਤਾ ਆ। ਇਹ ਧਾਰਮਿਕ ਕੱਟੜਤਾ ਕੀ ਆ, ਕਿਸ ਕਿਸਮ ਦੀ ਧਾਰਮਿਕ ਕੱਟੜਤਾ ਨੂੰ ਉਹ ਬੰਦ ਕਰਨਾ ਚਾਹੁੰਦੇ ਆ, ਇਹਦੇ ਵਿੱਚ ਭਾਵੇਂ ਕਿ ਉਹਨਾਂ ਨੇ ਨਾਂ ਨਹੀਂ ਲਿਆ, ਪਰ ਇਹਦਾ ਸਿੱਧਾ ਸੰਬੰਧ ਜਿਹੜੇ ਇਸਲਾਮਿਕ ਸੈਪਰੇਟਿਸਟ ਆ ਜਾਂ ਉਸ ਕਿਸਮ ਦੇ ਲੋਕ ਆ ਉਹਨਾਂ ਦੇ ਨਾਲ ਜਾ ਕੇ ਜੁੜਦਾ ਆ। ਇਹ ਉੱਥੋਂ ਦੀ ਸਰਕਾਰ ਦਾ ਇਹ ਮੰਨਣਾ ਆ ਕਿ ਕੁਛ ਲੋਕ ਆਪਣੇ ਆਪ ਨੂੰ ਫਰਾਂਸ ਦੀ ਮੁੱਖ ਧਾਰਾ ਨਾਲੋਂ ਵੱਖਰੇ ਮੰਨਦੇ ਆ, ਅਤੇ ਉਹ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਜਿਹੜੇ ਉਹਨਾਂ ਦੇ ਆਪਣੇ ਧਾਰਮਿਕ ਨਿਯਮ ਆ ਉਹ ਸਿਵਲ ਲਾਅ ਨਾਲੋਂ ਉੱਪਰ ਆ। ਹੁਣ ਉਹਨਾਂ ਧਾਰਮਿਕ ਸਥਾਨਾਂ ਦੇ ਉੱਤੇ ਨਵੇਂ ਨਿਯਮ ਲਾਏ ਜਾ ਰਹੇ ਆ, ਮਤਲਬ ਕੋਈ ਵੀ ਜਿਹੜੀ ਧਾਰਮਿਕ ਜਗ੍ਹਾ ਆ ਜਿਹਨੂੰ $12,000 ਤੋਂ ਜ਼ਿਆਦਾ ਫੋਰਨ ਫੰਡਿੰਗ ਮਿਲਦੀ ਆ ਉਹਨੂੰ ਉਹ ਸਾਰਾ ਕੁਛ ਦੱਸਣਾ ਪਊਗਾ। ਦੂਜੇ ਸ਼ਬਦਾਂ ਦੇ ਵਿੱਚ ਇੱਕ ਇਹ ਵੀ ਗੱਲ ਆ ਕਿ ਫਰਾਂਸ ਦੀਆਂ ਜਿਹੜੀਆਂ ਰਿਪਬਲਿਕਨ ਵੈਲਿਊਜ਼ ਆ ਉਹਨਾਂ ਦਾ ਸਤਿਕਾਰ ਕਰਨਾ ਪਊਗਾ ਕਿਸੇ ਵੀ ਧਾਰਮਿਕ ਸੰਸਥਾ ਨੂੰ, ਅਤੇ ਫਰਾਂਸ ਦੀਆਂ ਸੈਕੂਲਰ ਵੈਲਿਊਜ਼ ਦੇ ਲਈ ਧਾਰਮਿਕ ਸਥਾਨਾਂ ਨੂੰ ਉਹ ਲਿਖਤੀ ਰੂਪ ਦੇ ਵਿੱਚ ਦੇਣਾ ਪਊਗਾ ਕਿ ਅਸੀਂ ਤੁਹਾਡੀਆਂ ਇਹਨਾਂ ਜਿਹੜੀਆਂ ਵੈਲਿਊਜ਼ ਆ ਉਹਦੀ ਰਿਸਪੈਕਟ ਕਰਦੇ ਹਾਂ ਅਸੀਂ। ਇਸ ਬਿੱਲ ਦੇ ਵਿੱਚ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਮੁਸਲਮਾਨ ਜਾਂ ਇਸਲਾਮ ਸ਼ਬਦ ਨਹੀਂ ਵਰਤਿਆ ਗਿਆ, ਪਰ ਮੰਨਿਆ ਜਾ ਰਿਹਾ ਕਿ ਇਹਦੇ ਨਾਲ ਸਿੱਧਾ ਉਹ ਜਿਹੜੇ ਲੋਕ ਆ ਉਹ ਟਾਰਗੇਟ ਹੋਣਗੇ। ਪਿਛਲੇ ਸਮੇਂ ਦੇ ਵਿੱਚ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਇੱਦਾਂ ਦੀਆਂ ਚੱਲੀਆਂ ਸੀ, ਕਈ ਕੁਛ ਉੱਥੇ ਇਸ ਕਿਸਮ ਦੀ ਕੱਟੜਤਾ ਦੇ ਨਾਲ ਸੰਬੰਧਿਤ ਕੀਤਾ ਗਿਆ, ਪਰ ਹੁਣ ਇਹ ਬਿੱਲ ਜਿਹੜਾ ਆ ਰਿਹਾ ਆ ਇਹਦੇ ਨਾਲ ਖਾਸ ਤੌਰ ਦੇ ਉੱਤੇ ਇਸ ਕਿਸਮ ਦੇ ਚੀਜ਼ਾਂ ਨੂੰ ਪਾਬੰਦੀ ਲੱਗੂਗੀ। ਸਰਕਾਰ ਨੂੰ ਦੱਸਣਾ ਪਊਗਾ ਸਕੂਲ ਜਾਣ ਦੇ ਜਿਹੜੇ ਅਸਲ ਦੇ ਵਿੱਚ ਉਹ ਇਹ ਚਾਹੁੰਦੇ ਆ ਕਿ ਜਿਹੜੇ ਸਕੂਲ ਜਾਣ ਦੇ ਨਿਯਮ ਆ ਵੀ 3 ਸਾਲ ਦੇ ਹਰ ਬੱਚੇ ਨੂੰ ਸਕੂਲ ਜਾਣਾ ਪਊਗਾ, ਬਹੁਤ ਸਾਰੇ ਧਰਮਾਂ ਦੇ ਵਿੱਚ ਜਾਂ ਕਈ ਥਾਵਾਂ ਦੇ ਉੱਤੇ ਮਤਲਬ ਇੱਕ ਵਿਅਕਤੀ ਕਈ ਪਤਨੀਆਂ ਨਾਲ ਰੱਖ ਸਕਦਾ, ਉਹ ਕਈ ਔਰਤਾਂ ਨਾਲ ਵਿਆਹ ਕਰਾ ਸਕਦਾ, ਉਹਨੂੰ ਵੀ ਕੱਸਣਗੇ। ਫਿਰ ਜਿਹੜੀ ਕੋਈ ਜ਼ਬਰਦਸਤੀ ਵਿਆਹ ਆ ਉਸ ਕਿਸਮ ਦੇ ਆਪਣੇ ਕਾਨੂੰਨ ਹੁੰਦੇ ਆ ਉਹਨੂੰ ਵੀ ਰੋਕਣਗੇ। ਸੋ ਫਰਾਂਸ ਦੇ ਵਿੱਚ ਇਹ ਸੰਸਦ ਦੇ ਹੇਠਲੇ ਸਦਨ ਦੇ ਵਿੱਚ ਇਹ ਬਿੱਲ ਅਪਰੂਵ ਕਰ ਦਿੱਤਾ ਗਿਆ, ਅਨੈਮੋਲ ਮੈਂਕਰੋਂ ਉੱਥੋਂ ਦੇ ਰਾਸ਼ਟਰਪਤੀ ਇਹਨੂੰ ਲੈ ਕੇ ਆਏ ਆ, ਔਰ ਆਸ ਕੀਤੀ ਜਾ ਰਹੀ ਹੈ ਕਿ ਇਹਨੇ ਉੱਥੇ ਨਿਯਮ ਬਣ ਜਾਣਾ, ਅਤੇ ਇਸ ਨਿਯਮ ਦੇ ਤਹਿਤ ਫਰਾਂਸ ਆਪਣੀ ਜਿਹੜੀ ਸੈਕੂਲਰ ਕਿਸਮ ਦਾ ਉਹਨਾਂ ਦਾ ਖਾਸਾ ਆ ਉਹਨੂੰ ਲੈ ਕੇ ਆਉਣਾ ਚਾਹੁੰਦਾ, ਅਤੇ ਧਾਰਮਿਕ ਕੱਟੜਵਾਦ ਨੂੰ ਰੋਕਣਾ ਚਾਹੁੰਦੇ ਆ, ਜਿਹਦੇ ਵਿੱਚ ਅਲੱਗ ਅਲੱਗ ਕਿਸਮ ਦੀਆਂ ਉਹਨਾਂ ਦੀਆਂ ਜਿਹੜੀਆਂ ਨਵੇਂ ਨਿਯਮ ਹੋਣਗੇ ਜਿਹਦੇ ਤਹਿਤ ਉਹ ਸਾਰੇ ਕੁਛ ਨੂੰ ਡੀਲ ਕਰਨਗੇ। ਔਰ ਕੁਦਰਤੀ ਤੌਰ 'ਤੇ ਇਸ ਦਾ ਵਿਰੋਧ ਵੀ ਹੋ ਰਿਹਾ, ਲੋਕ ਜਿਹੜੇ ਆ ਧਾਰਮਿਕ ਲੋਕ ਨੇ ਉਹ ਇਸ ਗੱਲ ਦਾ ਵਿਰੋਧ ਵੀ ਕਰ ਰਿਹਾ ਕਿ ਮਨੁੱਖੀ ਅਧਿਕਾਰਾਂ ਦੇ ਉਲਟਾ ਇੱਦਾਂ ਨਹੀਂ ਹੋਣਾ ਚਾਹੀਦਾ, ਪਰ ਇਹ ਨਿਯਮ ਅੱਜ ਬਹੁਤ ਚਰਚਾ ਦੇ ਵਿੱਚ ਆ।
ਅਤੇ ਇਹਦੇ ਉੱਤੇ ਕਾਫੀ ਗੱਲਬਾਤ ਦੁਨੀਆ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਹੋ ਰਹੀ ਆ। ਕੁਬੈਕ ਦੇ ਵਿੱਚ ਜਦੋਂ ਜਿਹੜੇ ਧਾਰਮਿਕ ਚਿੰਨ੍ਹ ਵਰਤਣ ਦੇ ਉੱਤੇ ਜਦੋਂ ਇੱਕ ਕੁਬੈਕ ਇਸ ਕਰਕੇ ਅਸੀਂ ਜ਼ਿਕਰ ਕਰ ਰਹੇ ਹਾਂ, ਉੱਥੇ 95% ਜਿਹੜੇ ਲੋਕ ਫਰੈਂਚ ਬੋਲਣ ਵਾਲੇ ਆ, ਜਦੋਂ ਪਹਿਲਾਂ ਜ਼ਿਕਰ ਕੀਤਾ, ਜਦੋਂ ਇੱਥੇ ਧਾਰਮਿਕ ਚਿੰਨ੍ਹਾਂ ਦੇ ਉੱਤੇ ਪਾਬੰਦੀ ਲੱਗੀ ਸੀ ਸਰਕਾਰੀ ਮੁਲਾਜ਼ਮਾਂ ਦੀਆਂ ਕੁਛ ਕੈਟਾਗਰੀਜ਼ ਦੇ ਉੱਤੇ, ਉਸ ਵੇਲੇ ਵੀ ਇਸ ਗੱਲ ਦਾ ਬਹੁਤ ਵਿਰੋਧ ਹੋਇਆ ਸੀ। ਲੋਕ ਜਿਹੜੇ ਆ ਦੋ ਹਿੱਸਿਆਂ ਦੇ ਵਿੱਚ ਵੰਡੇ ਗਏ ਸੀ। ਕੁਛ ਲੋਕ ਕਹਿੰਦੇ ਸੀ ਕਿ ਧਾਰਮਿਕ ਆਜ਼ਾਦੀ ਦੇ ਉੱਤੇ ਸਿੱਧਾ ਹਮਲਾ ਆ, ਕੁਛ ਲੋਕ ਕਹਿੰਦੇ ਸੀ ਕਿ ਇਹ ਉੱਥੋਂ ਦਾ ਜਿਹੜਾ ਧਰਮ ਨਿਰਪੱਖ ਉਸ ਸਟੇਟ ਦਾ ਖਾਸਾ ਆ, ਕਰੈਕਟਰ ਆ, ਉਹਨੂੰ ਠੀਕ ਠਾਕ ਰੱਖਣ ਦੇ ਲਈ ਇਹ ਬਹੁਤ ਜ਼ਰੂਰੀ ਆ ਕਿ ਇਸ ਤਰ੍ਹਾਂ ਕੀਤਾ ਜਾਵੇ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।